ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਦੀ ਵੱਡੀ ਖਬਰ ਆ ਆਪ ਦਾ ਵੱਡਾ ਲੀਡਰ ਗ੍ਰਿਫਤਾਰ ਹੋ ਗਿਆ ਈਡੀ ਨੇ 10 ਘੰਟੇ ਦੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਘਰੋਂ ਚੱਕ ਲਿਆ ਸੰਜੇ ਸਿੰਘ ਆਪ ਸੰਸਦ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਯਾਦ ਹੋਵੇਗਾ ਦਿੱਲੀ ਦੀ ਲਿਕਰ ਪਾਲਿਸੀ ਯਾਨੀ ਕਿ ਸ਼ਰਾਬ ਨੀਤੀ ਨੂੰ ਲੈ ਕੇ ਲਗਾਤਾਰ ਕਮਸਾਣ ਚੱਲ ਰਿਹਾ ਸੀ ਕਿਹਾ ਜਾ ਰਿਹਾ ਸੀ ਕਿ ਇਹਦੇ ਵਿੱਚ ਬੜੀਆਂ ਬੇਨਿਜਮੀਆਂ ਨੇ ਈਡੀ ਲਗਾਤਾਰ ਤੁਹਾਨੂੰ ਯਾਦ ਹੋਵੇਗਾ ਮਨੀਸ਼ ਸੋਸੋਦੀਆ ਤੋਂ ਲੈ ਕੇ ਇਹਨਾਂ ਦੇ ਬੜੇ ਸਾਰੇ ਹੈਲਥ ਮਨਿਸਟਰ ਤੱਕ ਜਿਹੜੇ ਨੇ ਉਹ ਈਡੀ ਨੇ ਚੱਕ ਲੈ ਸਕੇ ਪਰ ਹੁਣ ਇਸ ਤੇ ਵੱਡੀ ਕਾਰਵਾਈ ਆ ਸੰਜੇ ਸਿੰਘ ਆਪ ਦੇ ਸੰਸਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਔਰ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਘਰੋਂ ਚੱਕਿਆ ਲੇਕਰ ਪਾਲਿਸੀ ਦਾ ਮਾਮਲਾ ਆ ਔਰ ਬੜੀਆਂ ਪੁੱਛਗਿੱਛ ਹੋਈਆਂ ਹਾਲਾਂਕਿ ਜਦੋਂ ਵੀ ਗੱਲ ਕੀਤੀ ਜਾਂਦੀ ਸੀ ਆਪ ਦੇ ਲੀਡਰਾਂ ਦੇ ਨਾਲ ਉਹ ਕਹਿੰਦੇ ਸਾਡੇ ਨਾਲ ਸਿਰ ਤੇ ਸਿਰ ਰਾਜਨੀਤੀ ਹੋ ਰਹੀ ਆ ਅਸੀਂ ਚੰਗਾ ਕੰਮ ਕਰ ਰਹੇ ਆ ਅਸੀਂ ਸਕੂਲ ਬਣਾ ਰਹੇ ਆ ਇਸ ਕਰਕੇ ਸਭ ਕੁਝ ਹੋ ਰਿਹਾ ਪਰ ਫਿਲਹਾਲ ਇਸ ਸਮੇਂ ਦੀ ਵੱਡੀ ਖਬਰ ਹੈ ਸੰਜੇ ਸਿੰਘ ਆਪ ਸੰਸਦ ਗ੍ਰਿਫਤਾਰ ਕਰ ਲਏ ਨੇ ED ਨੇ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਵੱਡਾ ਜਿਹੜਾ ਜਿਹੜਾ ਰੈਸਕਿਊ ਜਿਹੜਾ ਹੈ ਕਿਉਂਕਿ ਵੱਡਾ ਜਿਹੜਾ ਡੈਲੀਬ੍ਰੇਟ ਮਾਮਲਾ ਸਾਹਮਣੇ ਆਇਆ ਔਰ ਇਹਦੀ ਗੱਲ ਕੀਤੀ ਜਾਵੇ ਤਾਂ ਲਿਕਰ ਪਾਲਿਸੀ ਇਹ ਗੈਲੋ ਕਿ ਗੜ ਦੀ ਹੱਡੀ ਹੈ ਕਿ ਦਿੱਲੀ ਦੀ ਜਿਹੜੀ ਗਵਰਨਮੈਂਟ ਹੈ ਉਸ ਦੀ ਬਣਦਾ ਜਾ ਰਿਹਾ ਈਡੀ ਲਗਾਤਾਰ ਵੱਡੇ ਵੱਡੇ ਮਨਿਸਟਰਾਂ ਦੀ ਗੱਲ ਕਰ ਰਹੀ ਆ ਮਨੀਸ਼ ਸੁਸੋਦੀ ਆਸਤੈਂਦਰ ਜੈਨ ਤੇ ਉਸ ਤੋਂ ਬਾਅਦ ਸੰਜੇ ਸਿੰਘ ਸੰਜੇ ਸਿੰਘ ਤੀਸਰਾ ਨਾਮ ਹੈ ਵੱਡਾ ਨਾਮ ਹੈ ਔਰ ਇੱਕ ਗ੍ਰਿਫਤਾਰੀ ਹੋ ਗਈ ਹੈ 10 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਆ ਔਰ ਗ੍ਰਫਤਾਰ ਕਰਨ ਤੋਂ ਬਾਅਦ ਈਡੀ ਹਲੇ ਹਲੇ ਤੱਕ ਕੁਝ ਵੀ ਨਹੀਂ ਪਤਾ ਕਿ ਈਡੀ ਹੁਣ ਨੈਕਸਟ ਕੀ ਹੋਏਗਾ ਕਦੋਂ ਜੜਾਇਆ ਕੋਰਟ ਸਾਹਮਣੇ ਪ੍ਰੋਡਿਊਸ ਕੀਤਾ ਜਾਏਗਾ ਡਾਕਟਰੀ ਕਿੱਥੇ ਹੋਏਗੀ ਕਿੱਥੇ ਰੱਖਿਆ ਜਾਏਗਾ ਸੰਜੇ ਸਿੰਘ ਨੂੰ ਪਰ ਇਹ ਬਹੁਤ ਵੱਡੀ ਗਬਰ ਹੈ ਪੰਜਾਬ ਦੀ ਸਿਆਸਤ ਭਾਰਤ ਦੀ ਸਿਆਸਤ ਦਿੱਲੀ ਦੀ ਸਿਆਸਤ ਕਿਉਂਕਿ ਨੈਸ਼ਨਲ ਕੈਪੀਟਲ ਹੈ ਉਥੋਂ ਕਿਸੇ ਸੰਸਦ ਨੂੰ ਰੂਲਿੰਗ ਪਾਰਟੀ ਦੇ ਸੰਸਦ ਨੂੰ ਚੱਕਣਾ ਰੂਲਿੰਗ ਪਾਰਟੀ ਦੇ ਸੰਸਦ ਨੂੰ ਗ੍ਰਫਤਾਰ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਫਿਲਹਾਲ ਕਹ ਲਿਆ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਨੂੰ ਲੈ ਕੇ ਲਗਾਤਾਰ ਗੱਲਬਾਤ ਹੋ ਰਹੀ ਆ ਔਰ ਵੱਡਾ ਲੀਡਰ ਹੈ ਸੰਜੇ ਸਿੰਘ ਹੁਣੀ ਵੱਡੇ ਲੀਡਰ ਨੇ ਲਿਕਰ ਪਾਲਿਸੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਇਸ ਸਮੇਂ ਦੀ ਵੱਡੀ ਖਬਰ ਹੈ ਪੂਰੀ ਸਿਆਸਤ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਔਰ ਦਿੱਲੀ ਦੀ ਸਿਆਸਤ ਇਸ ਗੱਲ ਦੇ ਉੱਤੇ ਟਿਕੀ ਹੋਈ ਆ ਆਪ ਸਾਂਸਦ ਸੰਜੇ ਸਿੰਘ ਗ੍ਰਿਫਤਾਰ ਨੇ ਔਰ ਗ੍ਰਿਫਤਾਰੀ ਜਿਹੜੀ ਆ ਹੋ ਚੁੱਕੀ ਆ ਔਰ ਇਹ ਗ੍ਰਿਫਤਾਰੀ ਲਿਕਰ ਪਾਲਿਸੀ ਆ ਲਿਕਰ ਪਾਲਿਸੀ ਜਿਹੜੀ ਆ ਲਗਾਤਾਰ ਇਹਨਾਂ ਦੇ ਗੱਲ ਦੀ ਹੱਡੀ ਬਣ ਰਹੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਕਿਉਂਕਿ ਸਤਿੰਦਰ ਜੈ ਮਨੀਸ਼ ਜਸੋਧਿਆ ਹੁਣ ਤੀਸਰਾ ਨੰਬਰ ਲੱਗ ਗਿਆ ਆ ਔਰ ਤੀਸਰਾ ਨੰਬਰ ਲੱਗਣ ਦੇ ਨਾਲ ਹੀ ਸਿਆਸਤ ਪੱਕ ਗਈ ਹੈ ਕੋਈ ਕਹਿ ਰਿਹਾ ਕਿ ਬਦਲੇ ਦੀ ਰਾਜਨੀਤੀ ਹੈ ਕੋਈ ਕੁਝ ਕਹਿ ਰਿਹਾ ਕੋਈ ਕਿਸੇ ਤਰੀਕੇ ਦੇ ਨਾਲ ਇਹਨੂੰ ਦੇਖ ਰਿਹਾ ਪਰ ਆਪ ਦਾ ਵੱਡਾ ਲੀਡਰ ਗ੍ਰਫਤਾਰ ਕਰ ਲਿਆ ਗਿਆ ਆ ਆਪ ਦੇ ਵੱਡੇ ਲੀਡਰ ਸੰਜੇ ਸਿੰਘ ਗ੍ਰਫਤਾਰੀ ਕੀਤੀ ਗਈ ਆ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਫਤਾਰੀ ਹੋਈ ਆ ਸੰਜੇ ਸਿੰਘ ਦੀ ਔਰ ਇਹ ਕਹਿ ਲਿਆ ਕਿ ਭਾਰਤ ਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਵੱਡੀ ਖਬਰ ਹੈ ਕਿਉਂਕਿ ਰੂਲਿੰਗ ਪਾਰਟੀ ਨੂੰ ਜਾਂ ਇ ਤੀਸਰਾ ਜਿਹੜਾ ਲੀਡਰ ਬਟਾ ਲੀਡਰ ਉਹਨੂੰ ਚੱਕਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਫਿਲਹਾਲ ਮੇਰੇ ਨਾਲ ਮੇਰੇ ਸਹਿਯੋਗੀ ਨੇ ਅਰੁਣ ਅਰੁਣ ਜੀ ਕਿਵੇਂ ਦੇਖਦੇ ਹੋ ਕਿਉਂਕਿ ਸੰਜੇ ਸਿੰਘ ਰੂਲਿੰਗ ਪਾਰਟੀ ਆ ਉਥੇ ਦਿੱਲੀ ਦੇ ਵਿੱਚ ਉਹਨਾਂ ਦੇ ਸਾਂਸਦ ਨੂੰ ਚੱਕਣਾ 10 ਘੰਟੇ ਦੀ ਗ੍ਰਿਲਿੰਗ ਤੋਂ ਬਾਅਦ ਚੱਕਣਾ ਕਿਵੇਂ ਦੇਖਦੇ ਹੋ ਤੁਸੀਂ ਕੀ ਕਰ ਸਕਦੇ ਜਯੰਤਰਾ ਜੀ ਦੀ ਖਬਰ ਸਾਹਮਣੇ ਆ ਰਹੀ ਬਹੁਤ ਵੱਡੀ ਖਬਰ ਹੈ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਹੁਤ ਵੱਡੀ ਡਵੈਲਪਮੈਂਟ ਇਸ ਲਈ ਆਖੀ ਜਾ ਸਕਦੀ ਹੈ ਕਿਉਂਕਿ ਤਾਂ ਈਡੀ ਦਾ ਈਡੀ ਨੂੰ ਲੈ ਕੇ ਕਾਫੀ ਬੇਸ ਕਾਫੀ ਵਾਰ ਕਹਿ ਸਕਦਾ ਕਿ ਕਿੰਨੇ ਸਰਕਾਰ ਦੇ ਨਿਸ਼ਾਨੇ ਕਾਤੇ ਜਾਂਦੇ ਨੇ ਪਰ ਸ਼ਿਰਾਦ ਕਪਲੇ ਦੇ ਮਾਮਲੇ ਦੇ ਵਿੱਚ ਕਿਸ ਨੇ ਲੰਬੇ ਸਮੇਂ ਤੋਂ ਪਹਿਲਾਂ ਹੀ ਕਾਪ ਦੇ ਮੰਤਰੀ ਪਹਿਲਾਂ ਜਿੰਦ ਰਹੇ ਕਿਨੇ ਤੋਂ ਆਪ ਦੇ ਸੰਸਦ ਮੈਂਬਰ ਨੇ ਜੋ ਗ੍ਰਿਫਤਾਰ ਕਰ ਲਾਗੇ ਨੇ ਆਪ ਦੇ ਸੰਸਦ ਮੈਂਬਰ ਨੇ ਈਡੀ ਵੱਲੋਂ ਅੱਜ ਸਿਹਰੇ ਨਾਲ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਸੀ ਕਰਤਾਰਨ ਦੇ ਟੋਚੇ ਨਾਲ ਦੇ ਪਰਿਵਾਰ ਵੱਲੋਂ ਵੀ ਈਡੀ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਲਾਇਆ ਗਿਆ ਉਸ ਤੋਂ ਬਾਅਦ ਪਰ ਇਸ ਰਿਕਾਰ ਹੁਣ 10 ਘੰਟੇ ਦੀ ਪੁਛੇ ਤੋਂ ਬਾਅਦ ਰੱਖਿਆ ਜਾਂਦਾ ਹੈ ਕਿ ਜਿਹੜੀ ਨੇ ਸ਼ਰਾਬ ਨੀਤੀ ਕਪੜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਰਾਜ ਸਭਾ ਮੈਂਬਰ ਨੇ ਸੰਜੇ ਸਿੰਘ ਉਹਨਾਂ ਦੇ ਕਰਕੇ ਛਾਪਾ ਮਾਰਨ ਤੋਂ ਬਾਅਦ ਅੱਜ ਹੁਣ ਨਾਮ ਗ੍ਰਫਤਾਰ ਕਰ ਲਿਆ ਜੀ ਜੀਤ ਜੀ। ਜੀ। ਅੱਛਾ ਕਿਵੇਂ ਦੇਖਦੇ ਹੋ ਕਿਉਂਕਿ ਆਪਾਂ ਜਦੋਂ ਪਹਿਲਾਂ ਵੀ ਮਨੀਸ਼ ਸੋਧਿਆ ਹੋਵੇ, ਸਤਿੰਦਰ ਜੈਨ ਹੋਵੇ ਇੱਕ ਸਟੇਟਮੈਂਟ ਆਮ ਆਉਂਦੀ ਆ ਸੀਐਮ ਅਰਵਿੰਦ ਕੇਜਰੀਵਾਲ ਦੀ ਕਿ ਸਾਡੇ ਤੇ ਰਾਜਨੀਤੀ ਹੋ ਰਹੀ ਆ। ਇਸ ਨੂੰ ਰਾਜਨੀਤੀ ਕਿਉਂ ਕਹੋਗੇ ਜਾਂ ਕਿਵੇਂ ਕਹੋਗੇ ਕਿਸ ਤਰੀਕੇ ਦੇ ਨਾਲ ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਭਾਜਪਾ ਦੀ ਆ ਤੇ ਦਿੱਲੀ ਦੇ ਅਸਲ ਚੱਲਦੀ ਰਹਿੰਦੀ ਆ ਇਹ ਤੇ ਕਿ ਰਾਜਨੀਤੀ ਨੂੰ ਕਿਵੇਂ ਦੇਖਦੇ ਆ ਆਸੇ ਪਾਸੇ ਦੀ ਨੂੰ ਬਿਲਕੁਲ ਇੱਕ ਨਾ ਰਾਜਨੀਤੀ ਕਰਵਾ ਸਕਦੀ ਜੰਦਰ ਪਹਿਲੇ ਬਿਲਾਲ ਫਨਾਲ ਸ਼ੁਰੂਆਤੀ ਟਿੱਪਣੀ ਕੋਈ ਵੀ ਕੀਤੀ ਨਹੀਂ ਜਾ ਸਕਦੀ ਕਿ ਕੋਈ ਵੀ ਤਰ੍ਹਾਂ ਦੇ ਵੱਲੋਂ ਇੱਕ ਕਿਸਮ ਦਾ ਜਾਂਚ ਏਜੰਸੀ ਦੇ ਉੱਤੇ ਐਸੋਲੇ ਆਮ ਆਦੇ ਪਾਰਟੀ ਦਾ ਸਵਾਲ ਕਰੇ ਕਿ ਕੀ ਹੋ ਜਾ ਰਹੇ ਨੇ ਹੁਣ ਕਪਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਜਾਣ ਦਾ ਵਿਸ਼ਾ ਹੈ ਤਾਂ ਕਿਸੇ ਨਾ ਕਿਸੇ ਨੇ ਜਾਂਚ ਕਰਨੀ ਚਾਹੀਦੀ ਹੈ ਕਿਦਰ ਚੱਕਾ ਪਲਾ ਹੋਇਆ ਵੀ ਤਾਂ ਵੀ ਨਹੀਂ ਹੋਇਆ ਤਾਂ ਵੀ ਵੀ ਜਾਣ ਦਾ ਵਿਸ਼ਾ ਹੈ ਬਿਲਾਲ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਸੰਜੇ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਫਿਰ ਰਾਜਨੀਤੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਭੱਗ ਤੱਕਦੀ ਹੈ ਕਿਉਂਕਿ ਬਹੁਤ ਵੱਡੇ ਆਗੂ ਮੰਨੇ ਜਾਂਦੇ ਨੇ ਆਵਾਂ ਦੀ ਪਾਰਟੀ ਦੇ ਵਿੱਚ ਇੱਕ ਚੰਗਾ ਨਾਮ ਹੈ ਜੇਤਰੀਵਾਲ ਤੋਂ ਬਾਅਦ ਜੇ ਕੁਛ ਦੇ ਨੇ ਉਹਨੇ ਨਾਮ ਸਾਹਮਣੇ ਆਉਂਦੇ ਨੇ ਆਵਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਸੰਜੀਤ ਸਿੰਘ ਦਾ ਨਾਮ ਵੀ ਕਹਿ ਸਕਦੇ ਹੋ ਬੜੀ ਵੱਡੀ ਸ਼ਮੂਲੀਅਤ ਰੱਖਦਾ ਹੈ ਪਰ ਇਸੇ ਵਿਚਕਾਰ ਸਭ ਤੋਂ ਵੱਡੀ ਜਾਣਕਾਰੀ ਹੈ ਕਿ ਸੰਜੀਤ ਸਿੰਘ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖਿਆ ਕਿ ਕਿਉਂਕਿ ਸਿਆਸਤ ਸਿਆਸੀ ਤੌਰ ਤੇ ਦੇਖੇ ਹਲੇ ਕੋਈ ਕਮੈਂਟ ਬਾਜ਼ੀ ਜੜੀ ਹੈ ਜਾਂ ਕੋਈ ਟਿੱਪਣੀ ਜਾਂ ਟੀਕਾ ਕਿਸੇ ਦਾ ਹਲੇ ਤੱਕ ਨਹੀਂ ਆਇਆ ਪਰ ਲਗਾਤਾਰ ਕਿਉਂਕਿ ਵੱਡਾ ਲੀਡਰ ਹੈ ਔਰ ਦੂਸਰੇ ਬਨੇ ਭਾਜਪੀ ਵੀ ਆ ਔਰ ਕਾਂਗਰਸ ਵੀ ਆ ਪਾਰਟੀਆਂ ਦੇ ਵਿੱਚ ਤਾਂ ਲਗਾਤਾਰ ਰਿਐਕਸ਼ਨ ਆਉਣੇ ਸ਼ੁਰੂ ਹੋਣਗੇ ਜਦੋਂ ਐਕਸ਼ਨ ਆਉਣਗੇ ਤੁਹਾਡੇ ਨਾਲ ਜ਼ਰੂਰ ਸੰਜੇ ਕਰਾਂਗੇ ਪਰ ਫਿਲਹਾਲ ਵੱਡੀ ਖਬਰ ਹੈ ਸਿਆਸਤ ਨੂੰ ਲੈ ਕੇ ਆ ਇਹ ਕਹ ਲਓ ਕਿ ਦਿੱਲੀ ਦੀ ਸਿਆਸਤ ਨੂੰ ਲੈ ਕੇ ਔਰ ਸਭ ਤੋਂ ਜ਼ਿਆਦਾ ਵੱਡੀ ਖਬਰ ਇਹ ਕਹ ਲਈ ਕਿ ਪੰਜਾਬ ਨਾਲ ਵੀ ਥੋੜਾ ਜਿਹਾ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਲਿਕਰ ਪਾਲਿਸੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੜੇ ਸਾਰੇ ਨਾਮ ਪੰਜਾਬ ਤੋਂ ਵੀ ਆਉਂਦੇ ਸੀਗੇ ਹੁਣ ਉਹ ਕੀ ਹੋਊਗਾ ਕਿਸ ਤਰੀਕੇ ਹੋਏਗਾ ਹਾਲਾਂਕਿ ਸਭ ਕੁਝ ਜਾਂਚ ਦਾ ਵਿਸ਼ਾ ਆ पर बड़ी खबर है सियासत ते सियासीकरण होया कि नहीं हो रखा जाएगा वो सब कुछ देखा फिलहाल इस समय जे गल की जाए हम ईडी कितने लैके जाएगी कदों तो मैजिस्ट्रेट प्रोड्यूस होएगा कदों तो जान का कह लिए कि डॉक्टरी होएगी सब कुछ जांच या कह लिए कि सब कुछ हले थोड़े समय तक पता लगेगा पर वी खबर है कि संजय सिंह गिरफ्तार हो चुके